सर जी उठ के गए सी, उन्होंने गल की सी एक हौसले की, हौसले की हिम्मत की। जसपाल जी ने गल रिपीट की सी, थोड़ा एक तो पहले थोड़ा स्पेशल बोला, दो गल साझिया करांगा। एक हस्पताल विच की होया ऑपरेशन होंदा किसी का जी, रिश्ता बहुत आए होंगे, टेंशन होंगे। एक होस्पिटल की होया डॉक्टर साहब, जेड़े बंदे ओटी च लै गए पेशेंट वास्ते, जेड़े बंदे का ऑपरेशन होना सी वह थोड़ी देर बाद व्हील चेयर से बैठा जी, तो भजे आ रहा है ऑपरेशन थिएटर चो दौड़े आ रहे हैं। अंतर जो नर्स कह रही थी घबरा की कोई गल नहीं, सब ठीक हो जाएगा, घबरा की कोई गल नहीं, सब ठीक हो जाएगा। चंगी गल कह रही थी, फिर तुम डर की रुट गया क्या? नहीं, मैनू नहीं कह रही थी, डॉक्टर साहब कह रही थी दूजी गल सारी। जसपाल जी ने बड़ी अच्छी ट्रेनिंग दे रहे थे नोट वाली, मैं बहुत अच्छी लगी। सर जी ने सीडीएस सिविल डिफेंस बारे दसिया, मैं खुद वॉलंटियर होऊंगा, चाहूंगा इन्हू ज्वाइन करना, ठीक है जी। वर्मा साहब ने साहब किन्नी फर्स्ट एड किन्नी तो एक तरह चलती फिर डिक्शनरी भी ने, दस साल बैठे ने इन्हें गल करनी, दीपक सूरज दीपक दिखाने वाली गल है। फिर भी गल है देखो जी, सारी ट्रेनिंग तो बाद भी जेकर असं किसी की हैल्प नहीं करते तो कोई फायदा नहीं। वक्त गलत आप कर लिया, रस्सा भी इन्हें देख लिया, सर जी गल सुनी, इन्हें गल सुन ली। गल है जी, एक नदी के किनारे से ना बच्चा कोई नदी च गिर गया, बच्चा जो नदी च गिर गया, आप देखे आम गल हजू पिठा हो जाता जी, हजूम कट्ठा हो गया, कोई हेल्प करने जा रहा, वॉलंटियर कोई नहीं, ट्रेनिंग सब ने लिया होनी, वॉलंटियर कोई नहीं। इन्हें च देखा जी एक बंदा नदी च थले जा रहा, थले गया ऐनी उन्हें बच्चे चक लिया, चक के बाहर लाया, बल्ले बल्ले हो गई होनी सी, बल्ले हो गई ताड़िया तुड़िया मारिया, लोगों ने चक लिया, बोला आ जाऊगा बल्ले बल्ले करती, वो कर नहीं पाया। यह दसो कर धक्का किने मारिया, हसन की गल नहीं है, गल है उस कैपेबिलिटी सी किसी बचाने की, वह बचा लिया, पर चीज की चीज थी पुश कर दी धक्के की, वो आप जो किसी हेल्प करिए सू कोई धक्का ना मारे, असी वॉलंटरी हेल्प करिए। हम मैं थोड़ा जहा स्ट्रैस से होना, पर उस अपना टॉपिक वर्थलैस है, स्ट्रैस कोई है नहीं। स्ट्रैस की चीज है जी, स्ट्रैस बेसिकली है कि साड़ी बॉडी जो चेंज आती है किसी चेंज के रिस्पोंस च असं स्ट्रैस कह दें, ਉਹ ਡੈਫੀਨੇਟਲੀ ਪੋਜ਼ਿਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ। ਬੇਸਿਕਲੀ ਹੁੰਦਾ ਕੀ ਹੈ, ਕੋਈ ਚੇਂਜ ਆਉਂਦੀ ਹੈ ਤੁਹਾਡੀ ਬੋਡੀ 'ਚ, ਕੁਛ ਕੈਮੀਕਲ ਐਕਟੀਵੇਟ ਹੁੰਦੇ ਨੇ, ਜਿਹਦਾ ਦੇਖਿਆ ਹੋਵੇਗਾ ਡਾਕਟਰੀ ਲੈਂਗੁਏਜ ਕਹਿੰਦੇ ਨੇ ਫਾਈਟ ਆਰ ਫਲਾਈਟ, ਜਾਂ ਫੇਸ ਕਰੋ ਜਾਂ ਭੱਜ ਲਓ। ਅਤੇ ਸਟਰੈਸ ਬੇਸਿਕਲੀ ਉਹੀ ਚੀਜ਼ ਹੈਗੀ, ਉਹ ਤੁਸੀਂ ਪੋਜ਼ਿਟਿਵ ਵੀ ਲੈ ਸਕਦੇ ਹੋ, ਨੈਗੇਟਿਵ ਵੀ ਲੈ ਸਕਦੇ ਹੋ। ਕਈ ਹੁੰਦਾ ਬੱਚੇ ਬੜਾ ਡੋਲੀ ਜਾਂ ਬੱਚਾ ਨਹੀਂ ਪੜ੍ਹਦਾ, ਜੋ ਤਾਂ ਬਹੁਤ ਸਟਰੈਸ ਨਹੀਂ ਹੋਏਗੀ ਪੇਪਰਾਂ ਦੀ, ਉਹ ਕੰਸਟ੍ਰਕਟਿਵਲੀ ਪੜ੍ਹੇਗਾ ਨਹੀਂ। ਕਈ ਵਾਰ ਓਵਰ ਸਟ੍ਰੈਸ ਹੋ ਗਿਆ, ਉਹ ਬੱਚਾ ਡਿਪਰੈਸ਼ਨ 'ਚ ਵੀ ਜਾ ਸਕਦਾ। ਜਿਹੜੀ ਸਟ੍ਰੈਸ ਹੈ ਉਹ ਇਨਵਾਇਰਮੈਂਟ ਸਟ੍ਰੈਸ ਵੀ ਹੋ ਸਕਦੀ ਹੈ ਜੀ, ਸਰਵਾਈਵਲ ਦੀ ਤਾਂ ਕਿਆ, ਫਾਈਟ ਐਂਡ ਫਲਾਈਟ ਵਾਲੀ ਵੀ ਹੋ ਸਕਦੀ ਹੈ, ਜੋਬ ਤੇ ਫਟੀਕ ਦੀ। ਜਿੱਥੇ ਆਪਾਂ ਵਰਕ ਪਲੇਸ ਤੇ ਕੰਮ ਕਰ ਰਹੇ ਹਾਂ, ਮੇਰਾ ਬੇਸਿਕ ਮੁੱਦਾ ਹੋਈ ਸੀ ਜਦੋਂ ਲੈਕਚਰ ਤਿਆਰ ਕਰਕੇ ਆਇਆ ਸੀ, ਸਟ੍ਰੈਸ ਐਂਡ ਵਰਕ ਪਲੇਸ, ਵਰਕ ਪਲੇਸ ਸਟ੍ਰੈਸ ਅਸੀਂ ਕੀ ਕਰ ਸਕਦੇ ਹਾਂ। ਜੋਬ ਦੀ ਸਟ੍ਰੈਸ ਵੀ ਹੋ ਸਕਦੀ ਹੈ, ਜੋਬ ਵੀ ਸਟ੍ਰੈਸ ਹੋ ਗਿਆ, ਆਪਣੇ ਸਾਡੀ ਕੁਲੀਗਜ਼ ਨਾਲ ਨਹੀਂ ਚੰਗੀ ਤਰ੍ਹਾਂ ਬਣ ਰਹੀ, ਜਾਂ ਕੋਈ ਅਨਐਥੀਕਲ ਅਸੀਂ ਕੋਈ ਪ੍ਰੈਕਟਿਸ 'ਚ ਪਏ ਹੋਏ ਹਾਂ, ਅਨਐਥੀਕਲ ਜਿਹੜੀ ਨਹੀਂ ਚਾਹੀਦੀ ਉਦਾਂ ਹੀ ਕੋਈ ਪ੍ਰੈਕਟਿਸ 'ਚ ਪਏ ਹੋਏ ਹਾਂ, ਉਹਦੇ ਕਰਕੇ ਸਟ੍ਰੈਸ ਹੋ ਸਕਦੀ ਹੈ। ਇੱਦਾਂ ਦੇ ਕਈ ਕਾਰਨ ਹੋ ਸਕਦੇ ਨੇ। ਹੁਣ ਬੇਸਿਕ ਸਟ੍ਰੈਸ ਮਤਲਬ ਕੋਈ ਦੱਸਣ ਜਾ ਲੋੜ ਦੀ ਕੀ ਚੀਜ਼ ਹੈ, ਸਾਰੇ ਆਪਾਂ ਸਮਝ ਰਹੇ ਹਾਂ। ਸਟ੍ਰੈਸ ਨੂੰ ਅਸੀਂ ਕਿੱਦਾਂ ਫਾਈਟ ਕਰ ਸਕਦੇ ਹਾਂ, ਸਭ ਤੋਂ ਵੱਡੀ ਚੀਜ਼ ਹੈ ਐਟੀਟਿਊਡ ਜੀ, ਸਾਡਾ ਐਟੀਟਿਊਡ। ਅਸੀਂ ਐਟੀਟਿਊਡ ਨਾਲ ਸਟ੍ਰੈਸ ਕੀ ਮਿਲਣਾ, ਸਾਰੀ ਦੁਨੀਆ ਦਾ ਜਿੰਨੇ ਵੀ ਕੋਈ ਵੱਡੇ ਵੱਡੀ ਮੁਸ਼ਕਿਲ ਆਉਂਦੀ ਹੈ, ਅਸੀਂ ਉਹ ਆਪਣੇ ਐਟੀਟਿਊਡ ਚੇਂਜ ਕਰਨ ਦਾ ਮੁਕਾਬਲਾ ਕਰ ਸਕਦੇ ਹਾਂ। ਇੱਕ ਬੰਦਾ ਸੀ ਵੀ ਮੇਰੇ ਵਰਗਾ ਜਾ ਰਿਹਾ ਮੋਟਰ ਜੀ, ਜੁੱਤੀ ਟੁੱਟ ਗਈ, ਚੱਪਲ ਪਾਈ ਸੀ ਟੁੱਟ ਗਈ, ਨਾ ਤਾਂ ਰੱਬ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਯਾਰ ਕੀ ਆ ਇਹ ਉਹ। ਅੱਗੇ ਦੇਖਿਆ ਇੱਕ ਬੰਦਾ ਹੈਂਡੀਕੈਪਡ ਬੰਦਾ ਵੀਲ ਚੇਅਰ ਤੇ ਆ ਰਿਹਾ, ਬੜਾ ਖੁਸ਼ ਰੱਬ ਦਾ ਧੰਨਵਾਦ ਕਰਦਾ ਆ ਰਿਹਾ। ਉਹਨੇ ਪੁੱਛਿਆ ਯਾਰ ਤੂੰ ਕਿਹੋ ਜਿਹੀ ਗਲਤ ਚੀਜ਼, ਇਹੋ ਜਿਹੀ ਹਾਲਤ ਹੈਗਾ, ਮੈਂ ਗਾਲਾਂ ਕੱਢ ਰਿਹਾ ਜੁੱਤੀ ਟੁੱਟਣ ਤੇ, ਤੂੰ ਰੱਬ ਦਾ ਧੰਨਵਾਦ ਕਰਦਾ ਆ ਰਿਹਾ।
ਉਹ ਮੈਂ ਇੱਦਾਂ ਜੀ ਮੈਂ ਲੜਾਈ ਚ ਗਿਆ ਸੀ ਕਹਿੰਦਾ ਬੰਬ ਗਿਰਿਆ ਗ੍ਰੇਡ ਫਟ ਗਿਆ ਮੈਂ ਪ੍ਰੇ ਕੀਤੀ ਉੱਪਰ ਵਾਲੇ ਅੱਗੇ ਵੀ ਮੈਨੂੰ ਬਚਾ ਉਹਨੇ ਮੈਨੂੰ ਬਚਾਇਆ ਕਹਿੰਦਾ ਸਾਰੀ ਜ਼ਿੰਦਗੀ ਜਾਨ ਬਚ ਗਈ ਉੱਪਰਾਂ ਦਾ ਸ਼ੁਕਰ ਗੁਜ਼ਾਰ ਅਸੀਂ ਕਹਿੰਦੇ ਅੱਧਾ ਗਲਾਸ ਖਾਲੀ ਅੱਧਾ ਗਲਾਸ ਭਰਿਆ ਸਾਰਿਆਂ ਨੇ ਸੁਣਿਆ ਸਾਡਾ ਐਟੀਚਿਊਡ ਦੀ ਗੱਲ ਹੈ ਐਟੀਚਿਊਡ ਤਾਂ ਕਿਹਾ ਵੀ ਗਿਆ ਦੇਖੋ ਨਾ ਕਿ ਸੋਚ ਬਦਲਨੇ ਸੇ ਸਿਤਾਰੇ ਬਦਲ ਜਾਤੇ ਹੈ ਸੋਚ ਬਦਲਨੇ ਸੇ ਸਿਤਾਰੇ ਬਦਲ ਜਾਤੇ ਹੈ ਨਜ਼ਰੇ ਬਦਲਨੇ ਸੇ ਨਜ਼ਾਰੇ ਬਦਲ ਜਾਤੇ ਹੈ ਕਿਸ਼ਤੀਆਂ ਬਦਲਨੇ ਕੀ ਜ਼ਰੂਰਤ ਨਹੀਂ ਹੋਤੀ ਦਿਸ਼ਾ ਬਦਲਨੇ ਸੇ ਕਿਨਾਰੇ ਬਦਲ ਜਾਤੇ ਹੈ ਸਾਨੂੰ ਬੇਸਿਕ ਚੀਜ਼ ਹੈ ਉਹ ਦਿਸ਼ਾ ਬਦਲਦੀ ਹੈ ਜੀ ਤੇ ਉਹਨਾਂ ਦਾ ਟਾਈਮ ਮੈਨੂੰ ਜ਼ਿਆਦਾ ਹੋ ਜਾਣਾ ਮੈਨੂੰ ਬੋਲਣਾ ਫਿਰ ਜਦੋਂ ਮੌਕਾ ਮਿਲਣਾ ਫਿਰ ਕਿੱਦਾਂ ਅਸੀਂ ਸਟ੍ਰੈਸ ਨੂੰ ਫਾਈਟ ਕਰ ਸਕਦੇ ਹਾਂ ਵਰਮਾ ਤੋਂ ਵਾਰ ਵਾਰ ਮੇਰੇ ਨਹੀਂ ਦੇਖ ਰਹੇ ਨੇ ਮੈਨੂੰ ਸਟ੍ਰੈਸ ਜ਼ਿਆਦਾ ਪੈ ਰਿਹਾ ਤੇ ਮੈਂ ਪੂਰਾ ਸਲਾਈਡ ਸ਼ੋ ਲੈ ਕੇ ਆਇਆ ਸੀ ਬਾਕੀ ਤੁਹਾਡੇ ਅਫਸਰ ਸੇਵਾ ਕਦੇ ਫਿਰ ਯਾਦ ਦੇਣਗੇ ਪਰ ਮੈਂ ਕੰਪਿਊਟਰ ਲੈ ਕੇ ਕਰਾਂਗੇ ਮੈਂ ਯਾਦ ਪਾਊਂਗਾ ਕਹਿੰਦੇ ਇੱਕ ਬੰਦਾ ਘਰ ਪਹੁੰਚਿਆ ਤਾਂ ਬੜਾ ਸਟ੍ਰੈਸ ਸੀ ਘਰ ਦੀ ਕਹਿੰਦੇ ਕਿਆ ਹੋ ਗਿਆ ਕਹਿੰਦੇ ਤੂੰ ਬਸ ਗੱਲ ਨਾ ਕਰ ਅੱਜ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਡੈਡੀ ਨੇ ਰੋਟੀ ਵੀ ਨਹੀਂ ਖਾਈ ਕਹਿੰਦੇ ਵੀ ਸੋ ਜਾਓ ਹੁਣ ਤੁਸੀਂ ਕਹਿੰਦੇ ਜੀ ਨੀਂਦ ਨਹੀਂ ਆ ਰਹੀ ਦਸ ਵੱਜ ਗਏ ਗਿਆਰਾਂ ਵੱਜ ਗਏ ਬਾਰਾਂ ਵੱਜ ਗਏ ਕਹਿੰਦੇ ਗੱਲ ਕੀ ਆ ਪਰੇਸ਼ਾਨੀ ਕੀ ਹੈ ਤਾਂ ਦੱਸੋ ਕਹਿੰਦੇ ਪਰੇਸ਼ਾਨੀ ਇਹ ਹੈ ਵੀ ਫਲਾਣੇ ਪੱਤੇ ਤੋਂ ਮੈਂ 5 ਲੱਖ ਰੁਪਇਆ ਉਧਾਰ ਲਿਆ ਸੀ ਕੱਲ ਦੀ ਕਮਿਟਮੈਂਟ ਆ ਮਾਰਨਿੰਗ ਮੈਂ 9 ਵਜੇ ਦੇ ਗਏ ਸੀ ਵੀ ਉਹ ਪੈਸੇ ਮੇਰੇ ਤੋਂ ਪ੍ਰਬੰਧ ਨਹੀਂ ਹੋਇਆ ਤਾਂ ਕਰਕੇ ਮੈਨੂੰ ਬੜੀ ਸਟ੍ਰੈਸ ਆ ਬੜਾ ਪਰੇਸ਼ਾਨੀ ਆ ਵੀ ਉਹਨੂੰ ਸਵੇਰੇ ਜਵਾਬ ਕੀ ਦਊਂਗਾ ਅੱਗੇ ਉਹਦਾ ਵੀ ਜ਼ਰੂਰਤ ਆ ਕਹਿੰਦੇ ਬਸ ਇੰਨੀ ਕੀ ਗੱਲ ਆ ਇਹਦਾ ਇੱਕ ਮਿੰਟ ਚ ਮੈਂ ਖਤਮ ਕਰ ਦਿੰਦੀ